ਅਸਲਾਮ ਵਾਲੇਕਮ ਮੇਰੇ ਭੈਣ ਭਰਾਓ ਕੀ ਹਾਲ ਹੈ ਠੀਕ ਠਾਕ ਹੋ ਜਿਉਂਦੇ ਰਹੋ ਹੱਸਦੇ ਰਹੋ ਵਾਸਤੇ ਰਹੋ ਕਰ ਕਰੀ ਤੇ ਅੱਜ ਦਾ ਵਲੌਗ ਮੈਂ ਸ਼ੁਰੂ ਕਰਨ ਲੱਗੀ ਆ ਕਿ ਘਰ ਦਾ ਸਟੋਵ ਹੋ ਗਿਆ ਸੀ ਖਰਾਬ ਚੁੱਲਾ ਇਲੈਕਟ੍ਰਿਕ ਸਟੋਵ ਹੈ ਸਾਡਾ ਤੇ ਉਹ ਅਚਾਨਕ ਕੀ ਬੰਦ ਹੋ ਗਿਆ ਤੇ ਮੈਂ ਕਿਹਾ ਹੁਣ ਮੈਂ ਕੀ ਕਰਾਂ ਤੇ ਉਸ ਦਿਨ ਮੈਂ ਬੜੀ ਮੁਸ਼ਕਲ ਨਾ ਹਾਂਡੀ ਪਕਾਈ ਤੇ ਮਹੀਨਾ ਕੋ ਹੋ ਗਿਆ ਸੀ ਥੱਲੇ ਬੇਸਮੈਂਟ ਚ ਕੁੜੀਆਂ ਆਪਣੇ ਇੰਡੀਆ ਪੰਜਾਬ ਦੀਆਂ ਰੱਖੀਆਂ ਨੇ ਤੇ ਉਹ ਵੀ ਆਂਦੀਆਂ ਸਨ ਪਈਆਂ ਕਿ ਦੀਦੀ ਦੀਦੀ ਚੁੱਲਾ ਨਹੀਂ ਸਹੀ ਚੱਲਦਾ ਪਿਆ ਦੋ ਚੁੱਲੇ ਜਿਹੜੇ ਵੱਡੇ ਨੇ ਉਹ ਬੰਦ ਹੋ ਗਏ ਨੇ ਛੋਟਿਆਂ ਤੇ ਮੈਂ ਕਿਹਾ ਚਲੋ ਐ ਵੀ ਤੇ ਕੰਡਾ ਕੱਢਾ ਹੁਣ ਤੇ ਆਪਣੇ ਲਈ ਵੀ ਲੈ ਆਵਾਂ ਤੇ ਨਾਲ ਉਹਨਾਂ ਲਈ ਵੀ ਤੇ ਇਹ ਮੈਂ ਆਪਣੇ ਵਾਸਤੇ ਪਸੰਦ ਕੀਤਾ ਤੇ ਥੱਲੇ ਸਾਰਾ ਵਾਈਟ ਕੈਬਿਨੇਟ ਨੇ ਤੇ ਉਹਨਾਂ ਵਾਸਤੇ ਬੇਸਮੈਂਟ ਵਾਸਤੇ ਮੈਂ ਇਹ ਪਸੰਦ ਕੀਤਾ ਤੇ ਫਿਰ ਇਹ ਸਾਰੀ ਲਿਖਤ ਪੜਤ ਹੋਈ ਉਹਦੇ ਨਾਲ ਐਡਰੈਸ ਦਿੱਤਾ ਆਪਣਾ ਕਿ ਭਾਈ ਇੱਥੇ ਡਿਲੀਵਰੀ ਕਰੋ ਤੇ ਅਰਜੈਂਟ ਡਿਲੀਵਰੀ ਕਰਵਾਈ ਕਿਉਂਕਿ ਮੈਂ ਫਿਰ ਅਗਰ ਨਿਆਜ਼ ਰੱਖੀ ਸੀ ਕੁੰਡਿਆਂ ਦੀ ਤੇ ਮੈਂ ਹਾਂ ਦੀਸਾਂ ਕਿ ਉਸ ਤੋਂ ਪਹਿਲਾਂ ਪਹੁੰਚੇ ਵਾਪਸੀ ਤੇ ਫਿਰ ਮੇਰੇ ਨਾਲ ਹੀ ਸੀ ਆਪਣੇ ਬੇਸਮੈਂਟ 'ਚ ਬਚੀ ਰਹਿੰਦੀ ਏ ਪ੍ਰਵੀਨ ਤੇ ਉਹਦੇ ਨਾ ਘਰ ਵਾਲੇ ਦਾ ਇੰਡੀਆ ਤੋਂ ਨਾ ਵੀਜ਼ਾ ਲੱਗ ਗਿਆ ਕੈਨੇਡਾ ਆਉਣ ਦਾ ਤੇ ਉਹ ਬੜੀ ਰਾਜੀ ਸੀ ਤੇ ਉਹਨੇ ਆਖਿਆ ਨਹੀਂ ਦੀਦੀ ਮੈਂ ਨਾ ਤੁਹਾਨੂੰ ਖੁਆਣਾ ਹੈ ਕੁਈ ਨਾ ਮਠਿਆਈ ਖੁਆਣੀ ਹੈ ਖੁਸ਼ੀ ਮਨਾਣੀ ਹੈ ਦੱਸੋ ਕੀ ਖਾਣਾ ਤਾਂ ਫਿਰ ਅਸੀਂ ਨਾ ਇੰਡੀਅਨ ਕੌਜ਼ਨ ਚ ਆਏ ਤੇ ਉਹਨੇ ਮੈਨੂੰ ਪੁੱਛੀ ਜਾਵੇ ਕੀ ਖਾਣਾ ਕੀ ਖਾਣਾ ਤਾਂ ਫਿਰ ਮਠਿਆਈ ਲਈ ਉਹਨੇ ਆਪਣੇ ਵਾਸਤੇ ਵੀ ਨਾਲੇ ਉਹਨੇ ਗੁਰਦੁਆਰੇ ਵੀ ਰੱਖਣੀ ਸੀ ਜਾ ਕੇ ਦੇਣੀ ਸੀ ਮੱਥਾ ਟੇਕਣਾ ਸੀ ਉੱਥੇ ਵੀ ਫਿਰ ਮਾਨੂੰ ਨਾਲ ਲੈ ਕੇ ਗਈ ਮੱਥਾ ਉਹਨੇ ਟੇਕਣਾ ਦੇ ਨਾਲ ਮਠਿਆਈ ਉੱਥੇ ਦਿੱਤੀ ਨਾਲ ਉਹਨੇ ਸਾਡੇ ਵਾਸਤੇ ਲਈ ਨਾਲ ਉਹਨੇ ਉਹਦੇ ਜਿਹੜੀਆਂ ਦੂਜੀਆਂ ਕੁੜੀਆਂ ਤੁਸੀਂ ਮੇਰੇ ਪਿਛਲੇ ਵਲੌਗ ਚ ਵੇਖੀਆਂ ਹੋਣੀਆਂ ਨੇ ਉਹਨਾਂ ਵਾਸਤੇ ਵੀ ਮਠਿਆਈ ਲਈ ਨਾਲ ਫਿਰ ਉਹਨੇ ਆਖਿਆ ਟਾਈਮ ਨਹੀਂ ਹੈ ਤੇ ਨਾਲੇ ਚੁੱਲ੍ਹਾ ਵੀ ਠੀਕ ਨਹੀਂ ਹੈ ਤੇ ਚਲੋ ਮੈਂ ਇੱਥੇ ਹੀ ਖਾਣਾ ਨਾ ਪੈਕ ਕਰਾ ਲੈਣੀ ਆਪਣੇ ਲਈ ਤੇ ਐ ਵੇਖੋ ਜੀ ਅਸਾਂ ਹਰਸ਼ਾ ਲੈ ਲਈਏ ਤੇ ਹੁਣ ਅਸੀਂ ਘਰ ਵੱਲ ਚੱਲਿਆਂ ਐਨੀ ਕਸਮੇ ਠੰਡ ਤੇ ਹਵਾ ਤੇ ਚਲੋ ਫਿਰ ਅਸੀਂ ਪਹੁੰਚੇ ਘਰ ਐ ਦੂਸਰਾ ਦੇਣੇ ਤੇ ਅੱਜ ਦੇ ਦਿਨ ਅਸੀਂ ਚੱਲੇ ਆ ਮੈਂ ਮੇਰੇ ਘਰ ਵਾਲੇ ਤੇ ਨਾਲ ਅਸਾਂ ਫਿਰ ਰਾਹ ਚ ਲੈੰਦੇ ਆ ਜਾਣਾ ਮੇਰੀ ਜਠਾੜੀ ਨੂੰ ਅਸੀਂ ਟੈਕਸ ਫਾਈਲ ਕਰਨ ਚੱਲੇ ਆ ਹਰ ਸਾਲ ਇੱਥੇ ਇਹਨਾਂ ਦਿਨਾਂ ਚ ਨਾ ਟੈਕਸ ਫਾਈਲ ਕਰੀਦਾ ਐ ਅਸੀਂ ਬਾਜੀ ਦੀ ਬਿਲਡਿੰਗ ਦੇ ਅੱਗੇ ਆ ਗਏ ਮੇਰੀ ਜਠਾਣੀ ਇੱਥੇ ਰਹਿੰਦੀ ਐ ਉਹਨਾਂ ਦੇ ਹਸਬੰਡ ਦੀ ਤਾਂ ਸਾਲ ਹੋਇਆ ਡੈਥ ਹੋ ਗਈ ਐ ਤੇ ਉਹ ਪਹਿਲਾਂ ਤੋਂ ਆਪਣੇ ਹਸਬੰਡ ਨਾਲ ਜਾਂਦੇ ਸਨ ਲੇਕਿਨ ਹੁਣ ਸਾਡੇ ਨਾਲ ਪਹਿਲੀ ਵਾਰੀ ਟੈਕਸ ਫਾਈਲ ਕਰਨ ਚੱਲੇ ਨੇ ਇਥੇ ਤੇ ਭਾਵੇਂ ਜੀ ਜੋ ਵੀ ਐ ਜਿਵੇਂ ਵੀ ਐ ਜਿਹੜੇ ਵੀ ਹਾਲਾਤ ਨੇ ਇੱਥੇ ਟੈਕਸ ਜ਼ਰੂਰ ਦੇਣਾ ਐ ਸਾਲ ਦੇ ਸਾਲ ਤੁਸੀਂ ਜ਼ਰੂਰ ਫਾਈਲ ਕਰਨਾ ਟੈਕਸ ਕਿ ਭਈ ਤੁਹਾਡੀ ਇਹ ਨਹੀਂ ਕਮਾਈ ਏ ਐਨਾ ਤੁਸੀਂ ਕਮਾਉਂਦੇ ਹੋ ਤੇ ਐਨਾ ਤੁਸੀਂ ਟੈਕਸ ਪੇ ਕਰਨਾ ਹੀ ਕਰਨਾ ਤੇ ਜਰਾ ਹਾਲਾਤ ਵੇਖੋ ਕਿ ਬਾਜੀ ਵਿਚਾਰੀ ਨੂੰ ਮੈਂ ਕਹਣੀ ਬਾਜੀ ਕੇਅਰਫੁਲ ਕੇਅਰਫੁਲ ਹੈ ਕੇਅਰਫੁਲੀ ਹੋਣਾ ਪੈਂਦਾ ਹੈ ਸਨੋਵ ਤੇ ਪੈਂਦੀ ਏ ਪਰ ਸਨੋਵ ਦੇ ਥੱਲੇ ਜਿਹੜੀ ਸਖਤ ਹੋ ਜਾਂਦੀ ਹੈ ਨਾ ਸਨੋ ਉਹਦੇ ਤੋਂ ਸਲਿੱਪ ਹੋਣ ਦਾ ਡਰ ਹੁੰਦਾ ਹੈ ਡਿੱਗਣ ਦਾ ਡਰ ਹੁੰਦਾ ਹੈ ਕਿ ਬੰਦਾ ਕਰੇ ਤੇ ਕਰੇ ਕੀ ਜੇ ਜਦੋਂ ਬੰਦਾ ਫਿਰ ਵੱਡ ਜਾਂਦਾ ਕਿਸੇ ਬਿਲਡਿੰਗ ਦੇ ਅੰਦਰ ਤੇ ਫਿਰ ਥਾ ਥਈਆ ਸ਼ੁਰੂ ਕਰ ਦਿੰਦਾ ਯਾਨੀ ਕਿ ਪੈਰ ਝਾੜਨਾ ਸ਼ੁਰੂ ਕਰ ਦਿੰਦਾ ਇਹ ਜੀ ਅਸੀਂ ਅੰਦਰ ਆਫਿਸ ਚ ਆ ਗਏ ਆ ਤੇ ਫਿਰ ਜਗਾ ਵੇਖੀ ਕਿ ਕਿਥੇ ਕੋਈ ਕੁਰਸੀ ਖਾਲੀ ਨੇ ਕਿਉਂਕਿ ਇੱਕ ਕੁਰਸੀ ਸਿੱਧੀ ਰੱਖੀ ਸੀ ਇੱਕ ਉਹਨਾ ਪੁੱਠੀ ਰੱਖੀ ਸੀ ਕਿ ਥੋੜਾ فاਸਲਾ ਕੋਵਿਡ 19 ਦੀ ਵਜ੍ਹਾ ਤੋਂ ਕਰਕੇ ਜੀ ਇਹ فاਸਲਾ ਰੱਖਣਾ ਹੈ ਇੱਕ ਦੂਸਰੇ ਕੋ ਫਿਰ ਅਸੀਂ ਬਹਿ ਗਏ ਤਾਂ ਥੋੜਾ ਫਿਰ ਇੰਤਜ਼ਾਰ ਕਰਨਾ ਪਿਆ ਤੇ ਇਹ ਜਦੋਂ ਨੇ ਮੇਰੇ ਘਰ ਵਾਲੇ ਇੱਥੇ ਆਏ ਜਾਂ ਮੇਰੇ ਜੇਠ ਇਕੱਠੇ ਹੀ ਆਏ ਸਨ 25 ਸਾਲ ਪਹਿਲੋ ਤੇ ਉਹ ਮਤਲਬ ਜਿਹੜਾ ਅਕਾਊਂਟੈਂਟ ਸੀ ਉਨੇ ਪਛਾਨ ਲਿਆ ਫਿਰ ਖੁਦ ਉੱਠ ਕੇ ਆਇਆ ਔਰ ਉਹਨੇ ਮੇਰੇ ਹਸਬੰਡ ਨਾਲ ਅਫਸੋਸ ਕੀਤਾ ਮੇਰੇ ਜੇਠ ਦਾ ਤੇ ਇਹ ਅਸੀਂ ਸਾਰੀ ਇਨਫੋਰਮੇਸ਼ਨ ਉਹਨੂੰ ਦੇ ਰਹੇ ਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਸਾਰਾ ਇੱਥੇ ਕਿੰਨੀ ਕਮਾਈ ਆਈ ਕਿ ਸਾਰਾ ਕੁਝ ਇੱਥੇ ਦੱਸਣਾ ਪੈਂਦਾ ਇੱਥੇ ਕੋਈ ਲੁਕਾ ਨਹੀਂ ਹੈ ਆਪਣੇ ਮੁਲਕਾ ਵਾਂਗੂ ਇੱਥੇ ਸਾਰਾ ਕੁਝ ਕਲੀਅਰ ਦੱਸਣਾ ਪੈਂਦਾ ਤੇ ਫਾਈਲ ਕਰਕੇ ਟੈਕਸ ਅਸੀਂ ਬਾਹਰ ਨਿਕਲਿਆ ਮੇਰੇ ਹਸਬੰਡ ਤੇ ਬਾਜੀ ਜਾ ਰਹੇ ਨੇ ਮੇਰੇ ਜਠਾਣੀ ਅਸੀਂ ਨੇ ਜਠਾਣੀ ਜੀ ਨੂੰ ਇਹ ਵਾਸੀ ਬਾਜੀ ਆਖੀ ਦਾ ਤੇ ਸ਼ੁਕਰ ਹੈ ਅੱਲਾ ਦਾ ਕਿ ਮੇਰੇ ਸਸਰਾਲ ਵਾਲਿਆਂ ਚ ਬੜਾ ਹੀ ਪਿਆਰ ਹੈ ਤੇ ਅੱਲਾ ਇੰਜ ਹੀ ਕੈਮ ਰੱਖੇ ਇੰਜ ਹੀ ਧैम ਰੱਖੇ ਤੇ ਐ ਵੇਖੋ ਅਸੀਂ ਹੁਣ ਬਾਜੀ ਨੂੰ ਇੱਥੇ ਉਤਾਰਿਆ ਤੇ ਹਵਾ ਇੰਨੀ ਤੇਜ਼ ਸੀ ਇੰਨੀ ਠੰਡ ਦੇ ਵਿੱਚ ਤੇ ਇਹ ਦੂਸਰਾ ਦਿਨ ਫੇਰ ਆ ਗਿਆ ਅਗੋ ਤੇ ਇਹ ਲਾਸਟ ਮੰਡੇ ਨਾ ਫੈਮਲੀ ਡੇ ਸੀ ਕੈਨੇਡਾ ਦੇ ਵਿੱਚ ਅਸੀਂ ਸਾਰੇ ਫੈਮਿਲੀ ਤੇ ਹੁੰਦੀ ਏ ਘਰਾਲ ਮਿਲ ਕੇ ਸਾਰੇ ਨੀਰਾ ਆਪਣਾ ਘਰ ਹੀ ਨਹੀਂ ਗਾ ਮੈਂ ਹੋਵੇ ਤੇ ਮੇਰਾ ਬੰਦਾ ਤੇ ਦੂਜਾ ਹੋਇਆ ਉਹਦਾ ਮੱਥਾ ਪੰਨਾ ਨਹੀਂ ਸਾਡੀ ਫੈਮਿਲੀ ਮੈਂ ਆਪਣੇ ਸਸਰਾਲ ਕੋਲੋਂ ਸਿੱਖਿਆ ਕਿ ਆਪਣੇ ਭੈਣ ਭਰਾ ਸਾਰੇ ਜਿਹੜੇ ਹੁੰਦੇ ਨਾ ਫੈਮਿਲੀ ਹੁੰਦੀ ਏ ਤੇ ਇਹ ਮੇਰੇ ਬਾਜੀ ਨਾਲ ਉਹਨਾਂ ਦੇ ਬੱਚੀ ਬੱਚਾ ਤੇ ਨਾਲ ਮਾਸ਼ਾਅੱਲਾ ਤਿੰਨ ਮੇਰੇ ਬੱਚੇ ਤੇ ਅਸੀਂ ਰਲ ਕੇ ਬਹਿ ਕੇ ਤੇ ਇੱਥੇ ਖਾਣਾ ਖਾਦਾ ਤੇ ਪਹਿਲੇ ਹੀ ਉਹਨਾਂ ਨੇ ਸਾਡੇ ਕੋਲ ਉਹ ਇਨਫੋਰਮੇਸ਼ਨ ਲਈ ਕਿ ਅਸੀਂ ਨਾ ਤਾਂ ਹੀ ਆ ਗਏ ਫੋਟੋ ਆਈਡੀ ਦਿਓ ਮਾਸਕ ਲਾਓ ਤੇ ਵੈਕਸੀਨੇਸ਼ਨ ਦਾ ਪ੍ਰੂਫ ਦਿਓ ਤੇ ਏਡਾ ਇੱਥੇ ਸਾਰਾ ਹਾਸਾ ਪਿਆਜ ਦਾ ਕੋਈ ਹਿਸਾਬ ਨਹੀਂ ਤੇ ਐ ਸ਼ਿਆਨ ਸਾਹਿਬ ਮਜ਼ਾਕ ਕਰ ਰਹੇ ਨੇ ਨਾਲ ਉਹਨਾਂ ਦੇ ਕਜ਼ਨ ਤੇ ਨਾਲ ਵੇਟ ਕਰ ਰਹੇ ਆ ਆਰਡਰ ਦੇ ਦਿੱਤਾ ਸੀ ਖਾਣੇ ਦਾ ਤੇ ਆਰਡਰ ਵੀ ਇੱਥੇ ਬੈਠਿਆਂ ਰੈਸਟੋਰੈਂਟ ਦੇ ਵਿੱਚ ਬੈਠਿਆਂ ਵੀ ਆਨਲਾਈਨ ਦਿਓ ਉਹਨਾਂ ਨੇ ਜਿਹੜੀਆਂ ਬੁਕਸ ਦਿੰਦੇ ਨੇ ਭਈ ਕਿ ਮੈਨੂ ਦਿੰਦੇ ਨੇ ਕਿ ਚੂਜ਼ ਕਰ ਲਓ ਨਹੀਂ ਹੁਣ ਉੱਥੇ ਬੈਠੇ ਹੀ ਸਕੈਨ ਕਰੋ ਤੇ ਆਨਲਾਈਨ ਆਰਡਰ ਦਿਓ ਤੇ ਇਹ ਬੱਚਾ ਮਾਸ਼ਾਅੱਲਾ ਮੁਸਲਮ ਕਿਸੇ ਪਤਾ ਨਹੀਂ ਕਿਹੜੀ ਕੰਟਰੀ ਦਾ ਤੇ ਸ਼ਿਆਨ ਨੂੰ ਵੇਖ ਕੇ ਖੇਡਣ ਆ ਗਿਆ ਤੇ ਬੜਾ ਹੀ ਖੁਸ਼ ਹੋਇਆ ਤੇ ਸ਼ਿਆਨੂ ਨੂੰ ਵੇਖ ਕੇ ਬੜਾ ਖੁਸ਼ ਹੋਇਆ ਤੇ ਦੋਵੇਂ ਫਿਰ ਥੋੜਾ ਖੇਡ ਐ ਜਿੰਨੇ ਦੇ ਕਰ ਸਾਡਾ ਖਾਣਾ ਨਹੀਂ ਆਇਆ ਤੇ ਇਹ ਖਾਣਾ ਅਸੀਂ ਆਰਡਰ ਕੀਤਾ ਸੀ ਅਸੀਂ ਫੁੱਲ ਚਿਕਨ ਜਿਹੜਾ ਉਹ ਆਰਡਰ ਕੀਤਾ ਨਾਲ ਚਿਕਨ ਟਿਕਾ ਆਰਡਰ ਕੀਤਾ ਕਿ ਬੱਚੇ ਚਿਕਨ ਹੀ ਸ਼ੌਕ ਨਾਲ ਖਾਂਦੇ ਨੇ ਮੀਟ ਇੰਨਾ ਜ਼ਿਆਦਾ ਸ਼ੌਕ ਨਾਲ ਨਹੀਂ ਖਾਂਦੇ ਤੇ ਇਹ ਸਜੇ ਚਿਕਨ ਵਾਈਟ ਕੜਾਈ ਜਿਹੜੀ ਵਾਈਟ ਨਾਲ ਬਹੁਤ ਹੀ ਕਾਲੀ ਹੋਈ ਹੈ ਤੇ ਸੈਲਡ ਤੇ ਨਾਲ ਰਹਤੇ ਤੇ ਦਹੀਂ ਸ਼ਈ ਤੇ ਇਹ ਚਿਕਨ ਬਰੀਆ ਚਿਕਨ ਟਿਕਾ ਬਰੀਆਨੀ ਸੀ ਤੇ ਨਾਲ ਨਾਲ ਇਕੱਠੇ ਰਿਆ ਕਰੋ ਤੇ ਮੁਹੱਬਤਾਂ ਵੰਡਿਆ ਕਰੋ ਐਸੀ ਪੈਨਪ੍ਰੋ ਮੇਰਾ ਅੱਜ ਦਾ ਵਲਾਗ ਪਸੰਦ ਆਏ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਵਿਦ ਫੈਮਿਲੀ ਐਂਡ ਫਰੈਂਡਸ ਰੱਬ ਰੱਖਾ